ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਅੱਜ ਦਾ ਇਕੱਠ ਮੈਨੂੰ ਬਹੁਤ ਖੁਸ਼ੀ ਆ ਕਿ ਉਹਦੇ ਨਾਲ ਇਕੱਠ ਦੇ ਲਗਭਗ ਬਰਾਬਰੀ ਚਲੇ ਗਿਆ ਵਾ, ਅਤੇ ਹੁਣ ਸੁਖਬੀਰ ਬਾਦਲ ਨੂੰ ਸ਼ਰਮ ਨਹੀਂ ਚਾਹੁੰਦੀ ਆਈਦੀ ਆ। ਸੁਖਬੀਰ ਬਾਦਲ ਨੂੰ ਇੱਕ ਗੱਲ ਦੀ ਸ਼ਰਮ ਨਹੀਂ ਚਾਹੀਦੀ ਆ, ਉਹ ਕਹਿੰਦਾ ਸੀ ਇੱਥੇ ਲੋਕ ਜਲੇਬੀਆਂ ਖਾਣ ਜਾ ਆਉਂਦੇ ਆ। ਉਹਨੂੰ ਪੁੱਛੋ ਵੀ ਇੰਨੇ ਬੰਦੇ ਜਲੇਬੀਆਂ ਖਾ ਕੇ ਦਿਖਾ ਦੇ ਜੇ ਪਿਓ ਦਾ ਪੁੱਤ ਵਾ ਦੇ। ਇਸ ਕਰਕੇ ਮੌਤ ਚੜ੍ਹਦੀ ਕਲਾ ਇਕੱਠ ਹੋਇਆ ਮਹਾਰਾਜ ਮੇਰੇ ਸੱਚੇ ਪਾਤਸ਼ਾਹ ਦੀ, ਗੁਰੂ ਗ੍ਰੰਥ ਦੀ ਚੜ੍ਹਦੀ ਕਲਾ, ਪੰਥ ਦੀ ਚੜ੍ਹਦੀ ਕਲਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਸੰਗਤਾਂ ਨੂੰ ਪਤਾ ਹੀ ਹੈ, ਬਰਗਾੜੀ ਦੀ ਦਾਣਾ ਮੰਡੀ ਵਿੱਚ ਲਗਾਤਾਰ 1 ਜੂਨ ਤੋਂ ਇਹ ਇਨਸਾਫ ਮੋਰਚਾ ਭਾਈ ਧਿਆਨ ਸਿੰਘ ਜੀ ਮੰਡ, ਭਾਈ ਬਲਜੀਤ ਸਿੰਘ ਜੀ ਦਾਦੂਵਾਲ, ਭਾਈ ਅਮਰੀਕ ਸਿੰਘ ਜੀ ਦੀ ਅਜਨਾਲਾ ਦੀ ਅਗਵਾਈ ਵਿੱਚ ਇਹ ਮੋਰਚਾ ਲਗਾਤਾਰ 4.5 ਮਹੀਨਿਆਂ ਤੋਂ ਉੱਪਰ ਚੱਲ ਰਿਹਾ ਹੈ। ਇਸ ਮੋਰਚੇ ਵਿੱਚ ਸੰਗਤਾਂ ਦੂਰ ਦੁਰਾਡਿਆਂ ਤੋਂ ਵਹੀਰਾਂ ਘੱਤ ਕੇ ਬਰਗਾੜੀ ਦੀ ਦਾਣਾ ਮੰਡੀ ਵਿੱਚ ਸ਼ਮੂਲੀਅਤ ਕਰ ਰਹੀਆਂ ਹਨ। ਸੋ ਸਾਰੀਆਂ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕੀਤਾ ਜਾਂਦਾ ਹੈ। ਆਪ ਸਭ ਨੂੰ ਪਤਾ ਹੀ ਹੈ, 2015 ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ। ਉਹ ਦੋਸ਼ੀਆਂ ਨੂੰ ਫੜਨ ਵਾਸਤੇ, ਸਜ਼ਾਵਾਂ ਦਿਵਾਉਣ ਵਾਸਤੇ ਅਤੇ ਬੰਦੀ ਸਿੰਘ ਰਿਹਾਅ ਕਰਵਾਉਣ ਵਾਸਤੇ ਇਹ ਮੋਰਚਾ 3 ਮੰਗਾਂ ਨੂੰ ਲੈ ਕੇ ਲੱਗਿਆ ਹੋਇਆ ਹੈ। ਸੋ ਸਰਕਾਰਾਂ ਨੇ ਹਜੇ ਤੱਕ ਨਾ ਦੋਸ਼ੀ ਫੜੇ ਅਤੇ ਨਾ ਉਹਨਾਂ ਨੂੰ ਬਣਦੀਆਂ ਸਜ਼ਾਵਾਂ ਦਿੱਤੀਆਂ ਹਨ। ਸੋ ਅੱਜ 14 ਅਕਤੂਬਰ ਨੂੰ ਇਸ ਮੋਰਚੇ 'ਤੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਹਨ। ਇਹ ਭੋਗ ਸਲਾਨਾ ਬਰਸ਼ੀ ਭਾਈ ਗੁਰਜੀਤ ਸਿੰਘ ਜੀ, ਸ਼ਹੀਦ ਭਾਈ ਕਿਸ਼ਨ ਸਿੰਘ ਜੀ ਨਿਆਮੀ ਵਾਲਾ ਦੀ ਬਰਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਸਮਾਗਮ ਉਲੀਕੇ ਗਏ ਸਨ। ਸੋ ਇਸ ਮੋਰਚੇ ਵਿੱਚ ਅੱਜ ਸੰਗਤਾਂ ਤੁਸੀਂ ਦੇਖ ਹੀ ਰਹੇ ਹੋ, ਬਹੁਤ ਹੀ ਦੂਰੋਂ ਵੱਡੇ ਕਾਫਲਿਆਂ ਦੇ ਵਿੱਚ ਸ਼ਮੂਲੀਅਤ ਕਰ ਰਹੇ ਹਨ। ਸੋ ਗੁਰੂ ਕੀਆਂ ਸੰਗਤਾਂ, ਗੁਰੂ ਕੇ ਲੰਗਰਾਂ ਦੇ ਪ੍ਰਬੰਧ ਕੀਤੇ ਹੋਏ ਹਨ। ਸੰਗਤਾਂ ਲੋੜ ਅਨੁਸਾਰ ਪ੍ਰਸ਼ਾਦਾ ਪਾਣੀ ਛਕ ਰਹੀਆਂ ਹਨ। ਗੁਰੂ ਕੇ ਲੰਗਰਾਂ ਦਾ ਪ੍ਰਬੰਧ ਕਰਨ ਵਾਲੀਆਂ ਸੰਗਤਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਸੋ ਸਰਕਾਰ ਦਾ ਹੁਣ ਫਰਜ਼ ਬਣਦਾ ਹੈ ਕਿ ਦੋਸ਼ੀਆਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਡੱਕੇ ਅਤੇ ਉਹਨਾਂ ਨੂੰ ਬਣਦੀਆਂ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਇਕੱਠ ਬਰਗਾੜੀ ਵਿਖੇ ਸਮੂਹ ਸ਼ਹੀਦ ਸਿੰਘਾਂ, ਖਾਸ ਕਰਕੇ ਬਹਿਬਲ ਕਾਂਡ ਦੇ ਸ਼ਹੀਦਾਂ ਹਰਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ ਜੀ ਨੂੰ ਸਮਰਪਿਤ ਹੈ। ਅੱਜ ਉਹਨਾਂ ਦੀ ਬਰਸੀ 'ਤੇ ਇਹ ਜਿਹੜਾ ਸਮੁੱਚਾ ਪੰਥ ਹੈ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਆਇਆ ਹੈ। ਅੱਜ ਇੱਕ ਪਾਸੇ ਇਹ ਸਮੁੱਚਾ ਪੰਥ ਇਕੱਠਾ ਹੋਇਆ ਔਰ ਦੂਸਰੇ ਪਾਸੇ ਇਸੇ ਪੰਥ ਦੇ ਦੋਖੀ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਾਤਲ ਸਰਸੇ ਵਾਲੇ ਸਾਧ ਦੇ ਚੇਲੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ, ਜੋ ਕਿ ਸੁਖਬੀਰ ਇੰਸਾ ਦੇ ਨਾਂ ਨਾਲ ਹੁਣ ਜਾਣਿਆ ਜਾਂਦਾ ਹੈ, ਉਸ ਨੂੰ ਸਮੁੱਚੇ ਪੰਥ ਵੱਲੋਂ ਅੱਜ ਇੱਥੇ ਪ੍ਰਤੱਖ ਰੂਪ ਵਿੱਚ ਪ੍ਰਗਟ ਹੋ ਕੇ ਚੇਤਾਵਨੀ ਦਿੱਤੀ ਗਈ ਆ ਕਿ ਉਹ ਜਲਦੀ ਤੋਂ ਜਲਦੀ ਜੇ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਉਸ ਨੇ ਮਾਫ਼ੀ ਨਾ ਮੰਗੀ ਤਾਂ ਸਮੁੱਚਾ ਖਾਲਸਾ ਪੰਥ ਉਸ ਦਾ ਪੰਜਾਬ ਵਿੱਚ ਜੀਣਾ ਦੁੱਭਰ ਕਰ ਦੇਵੇਗਾ। ਔਰ ਜਿਹੜਾ ਹੁਣ ਉਹਦਾ ਹਸ਼ਰ ਹੋ ਰਿਹਾ ਹੈ ਪੰਜਾਬ ਦੇ ਵਿੱਚ, ਜਿੱਥੇ ਉਹ 25 ਸਾਲ ਰਾਜ ਭੁਗਤਣ ਦੇ ਸੁਪਨੇ ਵੇਖ ਰਿਹਾ ਸੀ, ਅੱਜ ਉਹ ਸਮੁੱਚੇ ਖਾਲਸੇ ਪੰਥ ਦੇ ਰੋਹ ਦਾ ਵਿਰੋਧ ਚੱਲ ਰਿਹਾ ਹੈ ਔਰ ਪਛਤਾਵਾ ਕਰੇਗਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਮੈਂ ਸਮੁੱਚੇ ਪੰਥ ਦੇ ਨਾਲ ਮੱਥਾ ਲਾ ਕੇ ਬਹੁਤ ਮਾੜਾ ਕੰਮ ਕੀਤਾ ਹੈ। ਇਹ ਸਮੁੱਚਾ ਪੰਥ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਨਵਾਉਂਦਾ ਹੈ, ਪਰ ਮੱਥਾ ਲਾਉਣ ਵਾਲੇ ਦੇ ਨਾਲ ਜੋ ਇਹ ਹਸ਼ਰ ਕਰਦਾ
ਪੰਜਾਬ ਦਾ ਇਤਿਹਾਸ ਹੀ ਗਵਾਹ ਨਹੀਂ, ਸਮੁੱਚਾ ਪੰਥ ਇਸ ਚੀਜ਼ ਦਾ ਗਵਾਹ ਹੈ ਕਿ ਜਿਸ ਨੇ ਵੀ ਇਸ ਪੰਥ ਦੇ ਨਾਲ ਅਤੇ ਗੁਰੂ ਗ੍ਰੰਥ ਸਾਹਿਬ ਨਾਲ ਮੱਥਾ ਲਾਇਆ, ਉਸ ਦਾ ਹਸ਼ਰ ਇੰਦਰਾ ਗਾਂਧੀ ਵਰਗਾ ਹੋਇਆ, ਉਸ ਦਾ ਹਸ਼ਰ ਪੁਰਾਣੇ ਸਮੇਂ ਦੇ ਵਿੱਚ ਮੁਗਲਾਂ ਨੇ ਜੋ ਕੀਤਾ ਸੀ ਉਹਨਾਂ ਵਰਗਾ ਹੋਇਆ। ਹੁਣ ਮੈਂ ਬੇਨਤੀ ਕਰਾਂਗਾ ਸਮੁੱਚੇ ਖਾਲਸਾ ਪੰਥ ਨੂੰ ਕਿ ਜਿਵੇਂ ਅੱਜ ਇੱਥੇ ਇਕੱਠ ਕੀਤਾ ਹੈ, ਜੇ ਅੱਜ ਆਪਾਂ ਇਹੋ ਹੀ ਆਪਣੀ ਸੋਚ ਲੈ ਕੇ ਹਮੇਸ਼ਾ ਲਈ ਚੱਲਦੇ ਰਹੇ ਤਾਂ ਸਮੁੱਚਾ ਖਾਲਸਾ ਪੰਥ ਇੱਕ ਦੂਜੇ ਨੂੰ ਇਹ ਕਹਿ ਦੇਵੇ ਕਿ ਪਾ ਦਿਓ ਸਭ ਨਾ ਦੇ ਕੰਨੀ ਹੁਣ ਅਜਿਹੀ ਬਾਤ ਨੂੰ, ਹੁਣ ਨਾ ਡਰਾਉਣੀ ਆਖਣਾ ਮੱਸਿਆ ਦੀ ਰਾਤ ਨੂੰ, ਹੁਣ ਨਾ ਡਰਾਉਣੀ ਆਖਣਾ ਮੱਸਿਆ ਦੀ ਰਾਤ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।